ਬੋਲੋ ਹਾਂਜੀ। ਮੈਂ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰ ਰਿਹਾ ਕਿ ਐਡੀ ਮਹਿਰੀ ਦੇ ਵਿੱਚ ਤੂਫਾਨ ਦੇ ਵਿੱਚ ਐਡੇ ਤੂਫਾਨ ਦੇ ਵਿੱਚ ਅੱਜ ਲੋਕ ਨਰਿੰਦੇ ਕਰਨ ਜਾ ਰਹੇ ਹੈ। ਐਡਾ ਤੂਫਾਨ ਜਿੱਥੇ ਗੁੰਡੇ ਬਦਮਾਸ਼ ਅੱਜ ਕੁਰਖੇ ਜਿਹੜੇ ਲੋਕ ਅੱਜ ਕੋਈ ਬਠਿੰਡੇ ਕੋਈ ਮੋਗੇ ਕੋਈ ਲੁਧਿਆਣਾ ਕੋਈ ਬਟਾਲੇ ਤੋਂ ਅੱਜ ਬਦਮਾਸ਼ਾਂ ਸਮੇਤ ਜਲੰਧਰ ਵੈਸਟ ਨੂੰ ਘੇਰਿਆ ਪਿਆ, ਤਾਂ ਵੀ ਮੇਰੇ ਲੋਕ ਨਹੀਂ ਘਬਰਾ ਰਹੇ। ਪਰ ਮੈਂ ਇਹੀ ਗੱਲ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਹਾਰ ਨਿਸ਼ਚਿਤ ਦਿਖ ਰਹੀ ਹੈ, ਪਰ ਮੇਰੇ ਲੋਕ ਬਕਾਊ ਨਹੀਂ ਹੈ। ਮੇਰੇ ਲੋਕ 200 ਰੁਪਏ ਦੇ ਰਾਸ਼ਨ ਦੇ ਵਿਕਣ ਵਾਲੇ ਨਹੀਂ ਹੈ। ਮੇਰੇ ਲੋਕ ਇੱਕ ਸੂਟ ਦੇ ਵਿਕਣ ਵਾਲੇ ਨਹੀਂ ਹੈ। ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵਿਕਣ ਵਾਲੇ ਨਹੀਂ ਹੈ। ਜਲੰਧਰ ਵੈਸਟ ਦੇ ਲੋਕਾਂ ਦਾ ਬਹੁਤ ਜਿਹੜੀ ਵੈਲਿਊ ਹੈ ਉਹ ਕਰੋੜਾਂ ਅਰਬਾਂ ਰੁਪਈਏ ਹੈ। ਅੱਜ ਬੜਾ ਮਨ ਦੁਖੀ ਹੈ, ਕੱਲ੍ਹ ਰਾਤ ਦਾ ਮੈਂ ਤੁਹਾਡੇ ਸਾਹਮਣੇ ਹੈ, ਤੁਸੀਂ ਸਾਰੇ ਚੈਨਲਾਂ ਨੇ ਸਪੋਰਟ ਕੀਤੀ, ਸਾਰੇ ਚੈਨਲਾਂ ਨੇ ਸਪੋਰਟ ਕੀਤੀ ਹੈ। ਕੱਲ੍ਹ ਕਿੰਨੇ ਬੰਦੇ ਫੜਾਏ ਆ, ਕਿੰਨੇ ਰਾਸ਼ਨ ਫੜਾਇਆ, ਸਾਰਿਆਂ ਨੂੰ ਧੁੱਪੇ ਛੱਡ ਦਿੱਤਾ। ਸਾਰਿਆਂ ਨੂੰ ਸਰਕਾਰ ਮਦਦ ਕਰ ਰਹੀ ਹੈ। 5000 ਪੈਕਟ ਕੱਲ੍ਹ ਰਾਸ਼ਨ ਦਾ ਫੜਿਆ, 2500 ਕੱਲ੍ਹ ਸੂਟ ਫੜਿਆ। ਪਰ ਅੱਜ ਉਹਨਾਂ ਦੇ ਜਿਹੜੇ ਲੋਕ ਹੈ ਉਹ ਕਿਸ ਮੂੰਹ ਨਾਲ ਵੋਟ ਮੰਗ ਰਹੇ? ਸ਼ਰਮ ਚਾਹੀਦੀ ਹੈ। ਮੈਂ ਇਹੀ ਕਹਾਂਗਾ ਕਿ ਮੇਰੇ ਕੋਲ ਪੈਸੇ ਵੀ ਨਹੀਂ ਹੈ, ਮੇਰੇ ਕੋਲ ਸ਼ਰਾਬ ਵੀ ਨਹੀਂ ਸੀ, ਮੇਰੇ ਕੋਲ ਸੂਟ ਵੀ ਨਹੀਂ ਸੀ, ਮੇਰੇ ਕੋਲ ਮੇਰੇ ਪਰਿਵਾਰ ਦੇ ਲੋਕ ਜਲੰਧਰ ਵੈਸਟ ਦੇ ਉਹ ਹੈ ਜਿਹਨਾਂ ਕਰਕੇ ਅੱਜ ਮੈਂ ਇੱਥੇ ਖੜਾ। ਸ਼ਾਇਦ ਮੈਂ ਵੀ ਆਪਣੇ ਆਪ 'ਚ ਡਾਵਾਂਡੋਲ 'ਚ ਕਿਤੇ ਬੈਕਫੁੱਟ 'ਤੇ ਚਲਾ ਜਾਂਦਾ, ਕਿਉਂਕਿ ਮੈਨੂੰ ਡਰ ਬਹੁਤ ਅੱਜ। ਮੈਨੂੰ ਧਮਕੀ ਆ ਰਹੀ ਹੈ, ਲੋਕ ਮਾਰਨ ਦੀ ਧਮਕੀਆਂ ਦੇ ਰਹੇ ਹੈ, ਮੇਰੇ ਫੋਨਾਂ 'ਤੇ ਫੋਨ ਕਰ ਰਹੇ ਹੈ। ਮੇਰਾ ਫੋਨ ਦੇਈਓ, ਠੀਕ ਹੈ? ਬੋਲੋ ਬੋਲੋ ਸਾਹਮਣੇ, ਇਹ ਦੇਖੋ ਕਿੱਦਾਂ ਦੇ ਹਾਲਾਤ ਬਣੇ ਹੈ। ਨਜਾਇਜ਼ ਕਲੋਨੀਆਂ ਕੱਟਣ ਵਾਲੇ ਲੋਕ ਮੈਨੂੰ ਧਮਕੀਆਂ ਦੇ ਰਹੇ ਆ। 15 ਮਿੰਟ ਪਹਿਲੇ ਫੋਨ ਆਇਆ, ਹੈ ਕੌਣ ਹੈ, ਨਾਮ ਬੋਲ ਦਿਓ। ਪਤਾ ਨੀ ਕੌਣ ਹੈ, ਕਹਿੰਦਾ ਤੈਨੂੰ ਜ਼ਮੀਨ ਤੇ ਵਧਾਵਾਂਗੇ, ਤੈਨੂੰ ਗਾਲਾਂ ਕੱਢ ਰਿਹਾ। ਮੈਂ ਕਿਸ ਮੋੜ ਤੇ ਜੀਵਾਂ? ਅੱਜ ਮੇਰਾ ਪਰਿਵਾਰ ਖਤਰੇ ਦੇ ਵਿੱਚ ਹੈ। ਇਹ ਜਿਹੜੀ ਕੋਲ ਹੈ ਮੈਨੂੰ 11:05 ਤੇ ਆਈ ਹੈ, 1715-14732 ਲੋਕਤੰਤਰ ਦਾ ਮਤਦਾਨ ਦਾ ਦਿਨ ਹੈ। ਸ਼ੀਤਲ ਇਲੈਕਸ਼ਨ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਕਿੱਥੇ ਆ? ਸਾਰੇ ਸੁੱਤੇ ਪਏ ਆ, ਸਾਰੇ ਅੱਜ ਸਰਕਾਰ ਦੀ ਕਟਪੁਤਲੀ ਬਣੇ ਆ। ਮੈਂ ਤੁਹਾਡੇ ਕੋਲ ਇਹੀ ਬੇਨਤੀ ਕਰਦਾ ਕਿ ਮੈਨੂੰ ਬਚਾ ਲਓ। ਸਵੇਰੇ ਵੀ 36 ਬੰਦੇ ਫੜੇ ਸੀਗੇ, ਪਛਾਣ ਹੋਈ ਉਹਨਾਂ ਦੀ ਕੌਣ ਸੀਗੇ? ਮੇਰਾ ਪਰਿਵਾਰ, ਮੇਰੇ ਹਾਲਾਤ ਬੜੇ ਬੁਰੇ ਆ, ਮੇਰਾ ਪਰਿਵਾਰ ਸੇਫ ਨਹੀਂ ਲੱਗਦਾ ਮੈਨੂੰ। ਮੇਰੇ ਕੋਲ ਸਿੱਧ ਸਿਰ ਮੇਰੇ ਲੋਕ ਹੈ, ਤੁਸੀਂ ਲੋਕ ਹੋ, ਬਾਕੀ ਮੇਰੇ ਹਾਲਾਤ ਬਹੁਤ ਬੁਰੇ ਆ। ਮੈਨੂੰ ਲੱਗਦਾ ਇਹ ਲੋਕ ਮੇਰਾ ਸ਼ਾਮ ਤੱਕ ਕਤਲ ਕਰ ਦੇਣਗੇ, ਠੀਕ ਹੈ? ਜਿੱਦਾਂ ਧਮਕੀਆਂ ਆ ਰਹੀਆਂ ਇਹ ਲੋਕ ਮੇਰਾ ਸ਼ਾਮ ਤੱਕ ਮਰਡਰ ਕਰ ਸਕਦੇ, ਇਹ ਤੁਹਾਡੇ ਸਾਹਮਣੇ ਹੈ ਕਿ ਕੌਣ, ਕਿੱਥੇ ਗਈ ਪੁਲਿਸ, ਕਿੱਥੇ ਗਏ ਲੋਕ? ਮੈਨੂੰ 15 ਮਿੰਟ ਪਹਿਲੇ ਕੈਂਡੀਡੇਟ ਨੂੰ ਫੋਨ ਆ ਰਿਹਾ, ਕੈਂਡੀਡੇਟ ਨੂੰ ਧਮਕੀਆਂ ਦੇ ਰਹੇ ਆ ਕਿ ਗੋਲੀਆਂ ਮਾਰ ਦੇਣਗੇ। ਕਿੱਥੇ ਸਰਕਾਰ, ਕੋਈ ਸੁਣਦਾ ਪਿਆ? ਕੱਲ ਰਾਤ ਦੇ ਬੰਦੇ ਫੜਾਏ, ਕਿੱਥੇ ਹੋ?
5000 ਪੈਕਟ ਬਣਾਇਆ ਕਿੱਥੇ ਹੈ? ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਦਾ ਕਿ ਸੱਚ ਔਰ ਝੂਠ ਦੀ ਲੜਾਈ ਤੁਸੀਂ ਲੜਨੀ ਹੈ, ਮੈਂ ਤੁਹਾਡੇ ਕਰਕੇ ਖੜਾ, ਮੇਰੇ ਕੋਲ ਸਿਰਫ ਤੇ ਸਿਰਫ ਮੇਰਾ ਬੈਸਟ ਤੇ ਮੇਰਾ ਪਰਿਵਾਰ। ਸੀਤਾ ਲੇਖਾ ਸਮਝੋ ਕਿ ਸ਼ੀਤਲ ਵਰਸੇ ਦੀ ਸਰਕਾਰ ਐਸਲੇ ਹੋਇਆ ਬਿਲਕੁਲ ਕਲੀਅਰ ਹੈ, ਕਲੀਅਰ ਹੈ। ਹਾਲਾਤ ਬਹੁਤ ਬੁਰੇ ਹੋ ਚੁੱਕੇ ਆ ਅੱਜ, ਹਾਲਾਤ ਮੈਂ ਜ਼ਿੰਦਗੀ ਚ ਇੰਨੀ ਗੰਦੀ ਰਾਜਨੀਤੀ ਕਦੀ ਨਹੀਂ ਦੇਖੀ ਸੀ, ਇੰਨੀ ਗੰਦੀ ਰਾਜਨੀਤੀ। ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵੋਟ ਦੇਣ ਦੀ ਮੈਂ ਅੱਜ ਅਪੀਲ ਕਰਨੀ ਚਾਹੀਦੀ ਸੀ, ਅੱਜ ਗੁੰਡੇ ਲੈ ਕੇ ਬਦਮਾਸ਼ ਲੈ ਕੇ ਲੋਕਾਂ ਨੂੰ ਡਰਾਉਣਾ ਨਹੀਂ ਚਾਹੀਦਾ ਸੀ। ਅੱਜ ਜੇ ਇੱਕ ਕੈਂਡੀਡੇਟ ਸੇਫ ਨਹੀਂ ਹੈ, ਇੱਕ ਕੈਂਡੀਡੇਟ ਸੇਫ ਨਹੀਂ ਹੈ, ਇੱਕ ਐਕਸ ਐਮ ਐਲ ਏ ਆ ਮੈਂ, ਮੇਰੀ ਵੀ ਕੋਈ ਵੈਲਿਊ ਹੈ, ਮੈਂ ਵੀ ਆਪਣੇ ਲੋਕਾਂ ਨੂੰ ਜਵਾਬ ਦੇਈ ਹੈ। 2.5 ਲੱਖ ਵੋਟਰ ਹੈ, 5.5 ਲੱਖ ਲੋਕ ਹੈ, ਅੱਜ ਇਹ ਲੋਕ ਮੈਨੂੰ ਫੋਨ ਕਰਕੇ ਧਮਕੀਆਂ ਦੇ ਰਹੇ ਕਿ ਮੈਂ ਬੈਕਵੁੱਡ ਤੇ ਚਲਾ ਜਾਵਾਂ, ਮੇਰੀ ਲਾਸ਼ ਜਾਏਗੀ ਪਰ ਮੈਂ ਬੈਕਵੁੱਡ ਤੇ ਨਹੀਂ ਜਾਊਂਗਾ। ਮੈਂ ਆਪਣੇ ਲੋਕਾਂ ਨੂੰ ਇਹ ਅਪੀਲ ਕਰਨਾ ਜਾ ਰਿਹਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਇਹ ਇਨਸਾਫ ਦੀ ਲੜਾਈ ਹੈ, ਜਿੰਨੂੰ ਮਰਜ਼ੀ ਵੋਟ ਦਿਓ ਪਰ ਵੋਟ 5 ਨੂੰ ਜਾਈਓ। ਇਹ ਲੋਕਾਂ ਕੋਲ ਡਰੀਓ ਨਾ, ਇਹਨਾਂ ਦੇ ਜਿਹੜੇ ਸੂਟ ਰਾਸ਼ਨ ਸ਼ਰਾਬ ਦੀ ਬੋਤਲ ਮੇਰੇ ਜਲੰਧਰ ਵੈਸਟ ਨੂੰ ਨਹੀਂ ਖਰੀਦ ਸਕਦੀ, ਨਹੀਂ ਖਰੀਦ ਸਕਦੀ।